ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਖਪ੍ਰੀਤ ਕੌਰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਮੇਲ ਮਿਲਾਪ 'ਚ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਨੋਬਰਾਮ ਸ਼ੇਰ ਸਿੰਘ ਵਾਲਾ, ਅਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਇੱਥੋਂ ਦੇ ਸਰਪੰਚ ਕਰਨੈਲ ਸਿੰਘ ਜੀ ਦੇ ਨਾਲ, ਅਤੇ ਜਾਣਦੇ ਹਾਂ ਇਸ ਪਿੰਡ ਦੀ ਕਹਾਣੀ ਸਰਪੰਚ ਸਾਹਿਬ ਦੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਜੀ ਹਾਂ ਸਰ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਕਿ ਸਰਪੰਚੀ ਜਾਣ ਤੋਂ ਪਹਿਲਾਂ ਤੁਸੀਂ ਕੀ ਕਾਰੋਬਾਰ ਕਰਦੇ ਸੀ ਤੇ ਸਰਪੰਚੀ 'ਚ ਤੁਹਾਡਾ ਕਿੱਦਾਂ ਆਉਣਾ ਹੋਇਆ? ਮੇਰਾ ਜੀ ਪਹਿਲੇ ਤਾਂ ਜ਼ਿਮੀਂਦਾਰਾ ਸੀ ਜੀ, ਫਿਰ ਮੈਂ ਸੰਨ 77 ਤੋਂ ਮੈਂਬਰ ਬਣਦਾ, 6 ਵਾਰੀ ਮੈਂਬਰ ਬਣਿਆ, ਮੈਂ 6 ਵਾਰੀ ਮੈਂਬਰ ਬਣਿਆ, ਫਿਰ ਹੁਣ ਜਨਤਾ ਨੇ ਚੁਣਿਆ, ਹੁਣ ਸਰਪੰਚ ਬਣੇ ਜੀ। ਸਰ, 1.5 ਸਾਲ ਤੋਂ ਉੱਪਰ ਟਾਈਮ ਹੋ ਗਿਆ ਤੁਹਾਨੂੰ ਸਰਪੰਚ ਬਣੇ ਨੂੰ, ਕਿਹੜੇ ਕੰਮਾਂ ਨੂੰ ਤੁਸੀਂ ਪਹਿਲ ਦੇ ਆਧਾਰ 'ਤੇ ਕੀਤਾ? ਪਹਿਲ ਦੀ ਆਧਾਰ 'ਤੇ ਮੈਂ ਜੀ ਪਿੰਡ ਦੀਆਂ ਲਾਈਟਾਂ ਲਵਾਈਆਂ ਜੀ, ਸੂਰਜ ਲਾਈਟਾਂ ਜੀ, 20 ਲਾਈਟਾਂ ਲਵਾਈਆਂ। ਉਦੋਂ ਬਾਅਦ ਫਿਰ ਮੈਂ ਇੱਕ ਸ਼ੈੱਡ ਬਣਾ ਸ਼ਮਸ਼ਾਨ ਘਾਟ ਦੇ ਵਿੱਚ, ਅਤੇ ਹੁਣ ਅੱਜ ਜਿਹੜਾ ਖਾਲੀਆਂ ਨਾਲੀਆਂ ਦਾ ਪ੍ਰੋਗਰਾਮ ਚੱਲ ਰਿਹਾ ਜੀ। ਸਰ, ਇਸ ਤੋਂ ਇਲਾਵਾ ਕੋਈ ਕੰਮ ਹੋਰ ਜੀ? ਰਾਣੇ ਜੀ ਨੂੰ ਦੇਣ ਦੀ ਬੇਨਤੀ ਸਹਿ ਕੀਤੀ ਹੈ ਵੀ ਸਾਡਾ ਜੀ 12ਵੀਂ ਦਾ ਸਕੂਲ ਬਣਾਓ, ਮੰਤਰੀ ਸਾਹਿਬ ਉਹਨੇ ਸਾਡੀ ਸੁਣੀ ਹੈ ਗੌਰ ਨਾਲ ਗੱਲ, ਅਤੇ ਉਹਨੇ ਜ਼ੋਰ ਵੀ ਹਲਫਤ ਵੀ ਕੀਤੀ, 12ਵੀਂ ਦਾ ਸਾਡਾ +2 ਦਾ ਸਕੂਲ ਬਣ ਗਿਆ। ਸਰ, ਜਿੱਦਾਂ ਕਿ ਤੁਸੀਂ ਕਿਹਾ ਕਿ +2 ਤੱਕ ਸਕੂਲ ਹੈ, ਕੁੜੀਆਂ ਮੁੰਡਿਆਂ ਦਾ ਇਕੱਠਾ? ਨਾ, ਇਕੱਠਾ ਹੈ ਜੀ। ਸਰ, ਪਿੰਡਾਂ ਵਿੱਚ ਆਮ ਤੌਰ 'ਤੇ ਦੇਖਿਆ ਜਾਵੇ ਕਿ ਕੁੜੀਆਂ ਮੁੰਡਿਆਂ 'ਚ ਫਰਕ ਕੀਤਾ ਜਾਂਦਾ, ਤੁਹਾਡੇ ਪਿੰਡ ਵਿੱਚ ਕੀ ਸਥਿਤੀ ਹੈ? ਫਰਕ ਤਾਂ ਹੈਗਾ, ਪਰ ਪਹਿਲੇ ਮਿੱਡਾ ਸੀ ਜੀ, ਫਿਰ ਬਣਿਆ 10ਵੀਂ ਦਾ, ਹੁਣ ਅੱਜ ਬਾਅਦ ਅਜੇ ਤਾਂ ਇਕੱਠਾ ਹੀ ਹੈ, ਕਲਾਸਾਂ ਅਲੱਗ ਅਲੱਗ ਲੱਗਦੀਆਂ ਜੀ। ਸਰ, ਤੁਹਾਡੇ ਨੇ ਅਲੱਗ ਅਲੱਗ ਕੁੜੀਆਂ ਦੀਆਂ। ਸਰ, ਤੁਹਾਡੇ ਪਿੰਡ ਵਿੱਚ ਖੇਡਾਂ ਨੂੰ ਲੈ ਕੇ ਕਿੱਥੇ ਖੜਾ? ਖੇਡਾਂ ਦਾ ਅਜੇ ਜੀ ਇੱਥੇ ਨਹੀਂ ਬਣਿਆ ਗਰਾਊਂਡ, ਸਕੂਲ ਕਾਲਜ ਜੀ ਮੁੰਡੇ ਖੇਡਦੇ ਆ ਜੀ, ਕੁਛ ਥਾਂ ਵੀ ਸਾਡੇ ਕੋਲ ਨਹੀਂ ਹੈਗਾ ਪੰਚਾਇਤ ਦਾ। ਸਰ, 6 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਕੋਰੋਨਾ ਮਹਾਮਾਰੀ ਨੂੰ, ਜੋ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ, ਦੇਖੋ ਜੀ ਸਾਰਾ ਕਾਰੋਬਾਰ ਹੀ ਬੰਦ ਰਿਹਾ। ਸਰ, 6 ਮਹੀਨੇ ਤੋਂ ਉੱਪਰ ਕੋਰੋਨਾ ਮਹਾਮਾਰੀ ਨੂੰ ਹੋ ਗਿਆ ਹੈ, ਜੋ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ, ਔਰ ਜਿਹਦੇ ਕਰਕੇ ਆਪਣੇ ਪੰਜਾਬ ਦੇ ਵਿੱਚ 3 ਮਹੀਨੇ ਲੋਕਡਾਊਨ ਲਗਾਇਆ ਗਿਆ, ਲੋਕਡਾਊਨ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਹੈ? ਸਾਡੇ ਪਿੰਡ ਦੀ ਬਹੁਤ ਚੰਗੀ ਰਹੀ ਹੈ ਜੀ, ਕੋਈ ਬਾਹਰ ਰਾਜਸਥਾਨ ਗਿਆ ਤਿਆੜੀ ਦੱਪੇ ਜੇ, ਉਹ ਆਇਆ ਉਹਨਾਂ ਚੈੱਕ ਚੁੱਕ ਕਰਾਇਆ, ਕੋਈ ਕੋਰੋਨਾ ਨਹੀਂ ਆਈ। ਸਰ, ਇਹ ਸੀਲ ਵਗੈਰਾ ਵੀ ਕੀਤਾ ਸੀ ਤੁਸੀਂ ਆਪਣਾ ਪਿੰਡ? ਸੀਲ ਵਗੈਰਾ ਦਾ ਸਰ, 6 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਕੋਰੋਨਾ ਮਹਾਮਾਰੀ ਨੂੰ, ਜੋ ਕਿ ਪੂਰੇ ਵਿਸ਼ਵ 'ਚ ਫੈਲ ਚੁੱਕੀ ਹੈ, ਔਰ ਜਿਹਦੇ ਕਰਕੇ ਪੰਜਾਬ ਦੇ ਵਿੱਚ 3 ਮਹੀਨੇ ਲੋਕਡਾਊਨ ਵੀ ਲੱਗਿਆ ਰਿਹਾ, ਔਰ ਉਸ ਦੌਰਾਨ ਤੁਹਾਡੇ ਪਿੰਡ ਦੀ ਕੀ ਸਥਿਤੀ ਰਹੀ ਹੈ? ਸਾਡੇ ਪਿੰਡ ਦੀ ਇਹ ਸਥਿਤੀ ਰਹੀ ਵੀ ਕੋਈ ਬਾਹਰ ਸਾਡਾ ਮਾਂ ਦਾ ਹੈ ਤਾਂ ਅਸੀਂ ਉਹਨੂੰ ਚੈੱਕ ਕਰਦੇ, ਅਸੀਂ ਡਾਕਟਰ ਕੋਲ ਕਰਾਉਂਦੇ, ਅਸੀਂ ਕੁਛ ਸਾਡੇ ਬੰਦੇ ਗਿਆ ਰਾਜਸਥਾਨ ਤਿਆੜੀ ਦਾ, ਉਹਨਾਂ ਨੂੰ ਅਸੀਂ ਜਾਂ ਫਿਰ ਸਰਕਾਰੀ ਹਸਪਤਾਲਾਂ 'ਚ ਚੈੱਕ ਕਰਾਇਆ, ਕੋਈ ਕਰੋਨਾ ਜੀ ਇਹੋ ਜਿਹੀ ਨੌਬਤ ਨਹੀਂ ਆਈ। ਸਾਡਾ ਪਿੰਡ ਕੁੱਲ ਮਿਲਾ ਕੇ ਠੀਕ ਹੀ ਰਿਹਾ, ਕੋਈ ਇਹੋ ਜਿਹਾ ਨਹੀਂ ਆਇਆ ਪ੍ਰੋਗਰਾਮ, ਕੇਸ ਕੋਈ ਨਹੀਂ ਆਇਆ ਸਾਡੇ ਪਿੰਡ ਦਾ। ਸਰ, ਇਸ ਦੌਰਾਨ ਗਰੀਬ ਲੋਕਾਂ ਦੀ ਤੁਸੀਂ ਕਿਵੇਂ ਸੇਵਾ ਕੀਤੀ? ਜੀ, ਸਾਨੂੰ ਦਿੱਤੀ ਸਰਕਾਰ ਨੇ ਸਹੂਲਤ, ਦਾਲ ਆਟਾ ਥੈਲੀਆਂ, ਜਿਹੜੇ ਗਰੀਬਾਂ ਕਰਨ ਸਾਰਿਆਂ ਨੂੰ ਅਸੀਂ ਪਹੁੰਚਾਇਆ ਰਾਸ਼ਨ। ਸਰ, ਜਿੱਦਾਂ ਕਿ ਅੱਜ ਦਾ ਮੁੱਦਾ ਚੱਲ ਰਿਹਾ ਕਿਸਾਨਾਂ ਨੂੰ ਲੈ ਕੇ, ਜਿਹੜੇ ਕਿ ਮੋਦੀ ਸਰਕਾਰ ਨੇ ਬਿੱਲ ਪਾਸ ਕੀਤੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹ ਜੀ ਬਹੁਤ ਗਲਤ ਹੈ ਜ਼ਿਮੀਂਦਾਰਾਂ ਵਾਸਤੇ, ਬਹੁਤ ਗਲਤ ਹੈ, ਘਾਟੇ ਵਾਲੀ ਗੱਲ ਹੈ ਜੀ, ਵਾਪਸ ਲਿਆ ਜਾਵੇ ਮੁੱਦਾ ਮੋਦੀ ਸਾਹਿਬ ਨੂੰ ਤਾਂ ਚੰਗੀ ਗੱਲ ਹੈ, ਨਹੀਂ ਤਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਸਰ, ਆਉਣ ਵਾਲੇ ਟਾਈਮ 'ਚ ਤੁਸੀਂ ਆਪਣੇ ਪਿੰਡ ਨੂੰ ਕਿਸ ਰੂਪ 'ਚ ਦੇਖਣਾ ਚਾਹੁੰਦੇ ਹੋ? ਉਹਨੇ ਵਿਕਾਸ ਕੀਤੀ ਜਾ ਰਹੀ ਜੀ, ਚੰਗਾ ਹੀ ਬਣੇ ਮੇਰਾ ਪਿੰਡ, ਜਿਹੜਾ ਗਲੀਆਂ ਨਾਲੀਆਂ ਸੜਕਾਂ ਬਣਨ ਚੰਗੀਆਂ, ਸਾਡਾ ਪਿੰਡ ਲਾਸਟ 'ਤੇ, ਅੱਗੇ ਪਾਕਿਸਤਾਨ ਹੈ, ਹੁਣ ਅਖੀਰਲਾ ਪਿੰਡ ਹੈ, ਅਤੇ ਅੱਗੇ ਹੁਣ ਉਦੋਂ ਕੋਈ ਪਿੰਡ ਨਹੀਂ ਸੀ, ਇਹਦੇ ਪਿੱਛੇ ਪਿੱਛੇ ਆ, ਅਤੇ ਅਸੀਂ ਜ਼ਿਆਦਾ ਜਿੰਨਾ ਕੁ ਨਾ ਵੀ ਸੁਧਾਰ ਕਰੀਏ ਪਿੰਡ ਦਾ, ਵਿਕਾਸ ਕਰੀ, ਛੱਪੜ ਵਗੈਰਾ ਜਾਂ ਕੋਈ ਫਿਰਨੀਆਂ ਸਾਡੀ ਕੱਚੀਆਂ ਨੇ, ਉਹ ਵੀ ਸਾਡੀ ਬੇਨਤੀ ਰਾਣੇ ਅੱਗੇ ਸਾਨੂੰ ਗ੍ਰਾਂਟ ਦਿੱਤੀ ਜਾਂਦਾ ਹੈ, ਅਸੀਂ ਹੌਲੀ ਕੰਮ ਕੀਤੀ ਜਾਂਦੇ। ਸਰ, ਪੰਜਾਬ ਦੇ ਵਿੱਚ ਦਿਨੋ ਦਿਨ ਨਸ਼ਾ ਵੱਧਦਾ ਜਾ ਰਿਹਾ, ਤੁਹਾਡੇ ਪਿੰਡ ਵਿੱਚ ਨਸ਼ੇ ਦੀ ਕੀ ਸਥਿਤੀ ਹੈ? ਸਾਡੇ ਪਿੰਡ ਨਸ਼ੇ ਦੀ ਬਚਤੇ ਜੀ, ਇੰਨਾ ਨਹੀਂ ਹੈਗਾ ਕਿ 2-3 ਮੁੰਡੇ ਹੈਗੇ ਆ, ਉਹ ਗੋਲੀਆਂ ਗੋਲੀਆਂ ਸਰਕਾਰੀ ਜਿਹੜੇ ਹਸਪਿਟਲ ਖੋਲ੍ਹੇ ਆ ਉੱਥੋਂ ਗੋਲੀਆਂ ਲੈਂਦੇ ਪਿਆ, ਦਵਾਈ ਵਰਤਦੇ ਪਏ ਆ, ਉਹ 3 ਮੁੰਡੇ ਆ ਜੀ। ਤੁਹਾਡੇ ਪਿੰਡ ਵਿੱਚ ਡਿਸਪੈਂਸਰੀ ਵਗੈਰਾ ਦੀ ਸਹੂਲਤ ਹੈ? ਨਹੀਂ ਹੈ ਜੀ। ਸਰ, ਅਗਰ ਕਈ ਲੋਕਾਂ ਨੂੰ ਜਿਵੇਂ ਪਿੰਡ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ, ਸਰ ਜਿੱਦਾਂ ਕਿ ਤੁਸੀਂ ਬਾਰਡਰ 'ਤੇ ਬੈਠੇ ਹੋ, ਲਾਸਟ ਪਿੰਡ ਆ ਤੁਹਾਡਾ, ਔਰ ਤੁਹਾਨੂੰ ਗੁਰੂ ਸਾਹਿਬ ਵੀ ਦੂਰ ਪੈਂਦਾ, ਜਲਾਲਾਬਾਦ ਵੀ ਦੂਰ ਪੈਂਦਾ, ਜਦੋਂ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਕੋਈ ਮਰੀਜ਼ ਹੁੰਦਾ, ਤਾਂ ਉਹਦੇ ਲਈ ਤੁਸੀਂ ਕੀ ਕਰਦੇ ਹੋ? ਕੁਛ ਐਂਬੂਲੈਂਸ ਨੂੰ ਫੋਨ ਕਰੀਦਾ, ਉਹ ਆ ਜਾਂਦੀ ਹੈ, ਕਈਆਂ ਕੋਲ ਸੰਦ ਆ ਦੇ ਮੰਗਵਾ ਕੇ ਅਤੇ ਜਾਂ ਤਾਂ ਫਿਰ ਹੋਸਪਿਟਲ ਜਾ ਕੇ ਅਤੇ ਕੇਸ ਹੁੰਦੇ ਆ। ਸਰ, ਤੁਹਾਡੇ ਪਿੰਡ ਪਾਣੀ ਦੀ, ਪੀਣ ਵਾਲੇ ਪਾਣੀ ਦੀ ਕੀ ਸਹੂਲਤ ਹੈ? ਪਾਣੀ ਵਾਟਰ ਬਕਸ ਹੈਗਾ ਜੀ, ਪਾਣੀ ਸਾਡਾ ਠੀਕ ਹੈ ਜੀ। ਸਰ, ਸਾਡੇ ਚੈਨਲ ਰਾਹੀਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਤਾਂ ਮੰਗ ਕਰਨੇ ਵੀ ਕੋਈ ਡਿਫੈਂਸਰੀ ਖੁੱਲ੍ਹ ਜਾਵੇ, ਅਤੇ ਕੋਈ ਛੋਟਾ ਜਿਹਾ ਇੱਥੇ ਡੰਗਰਾਂ ਦਾ ਹਸਪਤਾਲ ਖੁੱਲ੍ਹ ਜਾਵੇ, ਬਾਰਡਰ 'ਤੇ ਅਸੀਂ ਲਾਸਟ ਬੈਠੇ,
ਅਤੇ ਸਾਡੀ ਤਾਂ ਵੀ ਸਾਡਾ ਇੱਥੇ ਹਸਪਤਾਲ ਬਣ ਜਾਵੇ ਅਤੇ ਅਸੀਂ ਆਪਦਾ ਸੌਖੇ ਸਾਨੂੰ ਕੋਈ ਸਹੂਲਤ ਮਿਲੇ। ਜਦੋਂ ਜੰਗ ਦੀ ਮਾਰ ਹੁੰਦੀ ਉਦੋਂ ਵੀ ਸਾਨੂੰ ਪਿੱਛੇ ਜਾਣਾ ਪੈਂਦਾ ਹੈ। ਅਸੀਂ ਤਾਂ ਸਰਕਾਰ ਕੋਲ ਮੰਗ ਕਰਨਾ ਵੀ ਸਾਨੂੰ ਪੰਜ ਪੰਜ ਮਰਲੇ ਦਿੱਤੇ ਜਾਣ ਪਿੱਛੇ, ਜਦੋਂ ਜੰਗ ਲੱਗੇ ਜਾਂ ਫਲੱਡ ਆਵੇ ਤਾਂ ਅਸੀਂ ਉੱਥੇ ਜਾ ਕੇ ਟਾਈਮ ਪਾਸ ਕਰ ਸਕੀਏ। ਸਰ, ਬਾਰਡਰ ਦੇ ਲਾਸਟ ਪਿੰਡ ਹੋਣ ਦੇ ਨਾਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ? ਸਾਨੂੰ ਜੀ ਜਦੋਂ ਜੰਗ ਲੱਗਦੀ ਹੈ ਨਾ ਜਾਂ ਫਲੱਡ ਆਉਂਦਾ ਹੈ ਸਾਨੂੰ ਪਿੱਛੇ ਜਾਣਾ ਪੈਂਦਾ, ਪਿੰਡ ਛੱਡਣਾ ਪੈਂਦਾ ਹੈ ਜੀ। ਸਾਨੂੰ ਫਿਰ ਪਿੱਛੇ ਕਿਵੇਂ ਰਿਸ਼ਤੇਦਾਰੀ 'ਤੇ ਗਿਆ ਚਲਾ, ਕੋਈ ਸਾਡੀਆਂ ਥਾਵਾਂ ਨਹੀਂ ਹੈਗੀਆਂ ਬਈ ਉੱਥੇ ਜਦ ਬਹਿ ਰਹੀਏ। ਸਰਕਾਰ ਕੋਲੋਂ ਅਸੀਂ ਮੰਗ ਕਰ ਰਹੇ ਵੀ ਸਾਡੇ ਕੋਲ ਪੰਜ ਪੰਜ ਮਰਲੇ, 10-10 ਮਰਲੇ ਸਾਨੂੰ ਦਿੱਤੇ ਜਾਣ ਅਤੇ ਅਸੀਂ ਪਿੱਛੇ ਵਾਲਾ ਕੋਈ ਇੱਕ ਇੱਕ ਮਕਾਨ ਬਣਾਏ, ਕੋਈ ਇਹ ਜੀ ਨੌਬਤ ਆਵੇ ਅਤੇ ਅਸੀਂ ਉੱਥੇ ਜਾ ਕੇ ਟਾਈਮ ਪਾਸ ਕਰ ਸਕੀਏ। ਸਰ, ਕਿਸਾਨਾਂ ਦੇ ਨਾਲ ਨਾਲ ਅੱਜ ਦਾ ਇੱਕ ਮੁੱਦਾ ਹੋਰ ਚੱਲਦਾ ਪਿਆ ਕੁੜੀਆਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਵਿੱਚ ਕੁੜੀਆਂ ਦੀ ਸੇਫਟੀ ਨਹੀਂ ਹੈਗੀ, ਉਹਦੇ ਲਈ ਤੁਸੀਂ ਸਰਕਾਰ ਤੋਂ ਜਾਂ ਆਪਣੇ ਪਿੰਡ ਦੀ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਤਾਂ ਕਰਦੇ ਵੀ ਜਿਹੜਾ ਕੋਈ ਹਰਕਤ ਕਰਦਾ ਹੈ ਅਤੇ ਉਹਨੂੰ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ, ਸਖਤ ਕਾਰਵਾਈ ਕੀਤੀ ਜਾਵੇ। ਅਸੀਂ ਤਾਂ ਇਹਨੇ ਵੀ ਇਹ ਨਹੀਂ ਹੋਣਾ ਚਾਹੀਦਾ। ਸਰ, ਪੰਜਾਬ ਤੋਂ ਆਪਣੇ ਪਿੰਡ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਅਸੀਂ ਤਾਂ ਵੀ ਪੜ੍ਹਾਈ ਕਰਨ ਅਤੇ ਖੇਡਾਂ ਖੁੰਡਾਂ ਜਾਣ ਅਤੇ ਨੌਕਰੀਆਂ ਮਿਲਣ ਅਤੇ ਆਪਦਾ ਰੋਟੀ ਦਾ ਮਸਲਾ ਬਣੇ। ਨੌਕਰੀਆਂ ਦੇ ਸਾਡੇ ਬਾਰਡਰ 'ਤੇ ਪਹਿਲ ਦੀ ਆਧਾਰ 'ਤੇ ਦਿੱਤੀ ਜਾਵੇ ਅਤੇ ਸਾਡਾ ਮੁੰਡਾ ਕੋਈ ਇੱਕ ਇੱਕ ਨੌਕਰੀ ਲੱਗ, ਪੜ੍ਹਾਈ ਸਾਡੇ ਕੋਲ ਹੈਗੀ, ਮੁੰਡੇ ਪੜ੍ਹੀ ਫਿਰਦੇ ਆ, ਕੋਈ ਪਲੱਸ ਟੂ ਕੀਤੀ ਫਿਰਦਾ, ਕੋਈ ਐੱਮ ਏ ਕੀਤੀ ਫਿਰਦਾ ਅਤੇ ਨੌਕਰੀਆਂ ਨਹੀਂ ਮਿਲ ਰਹੀਆਂ ਜੀ। ਇਸੇ ਪਿੰਡ ਨੋਬਰਾਮ ਸ਼ੇਰ ਸਿੰਘ ਵਾਲਾ ਦੇ ਸਰਪੰਚ ਕਰਨੈਲ ਸਿੰਘ ਜੀ, ਜਿਨ੍ਹਾਂ ਨੇ ਸਾਡੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਬੇਬਾਕੀ ਨਾਲ ਦਿੱਤੇ। ਇਸੇ ਤਰ੍ਹਾਂ ਹੋਰ ਹਸਤੀਆਂ ਨਾਲ ਮਿਲਵਾਉਂਦੇ ਰਹਾਂਗੇ। ਸਤਿ ਸ਼੍ਰੀ ਅਕਾਲ।